ਅੱਜ ਲੁਧਿਆਣਾ ਦੇ ਸਰਕਟ ਹਾਊਸ ਵਿਖੇ ਆਊਟਸੋਰਸਿੰਗ ਆਲ ਬੈਂਕ ਐਮਪਲੋਈਜ਼ ਯੂਨੀਅਨ ਪੰਜਾਬ ਵੱਲੋਂ ਇੱਕ ਅਹਿਮ ਬੈਠਕ ਕੀਤੀ ਗਈ, ਜਿਸ ਵਿੱਚ ਪੰਜਾਬ ਭਰ ਤੋਂ ਬੈਂਕ ਦਾ ਠੇਕਾ ਮੁਲਾਜ਼ਮਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਇਸ ਦੌਰਾਨ ਉਹਨਾਂ ਨੇ ਬੈਂਕਾਂ ਦੇ ਮੈਨੇਜਮੈਂਟ ਉੱਪਰ ਤੇ ਕਰਮਚਾਰੀਆਂ ਨਾਲ ਸ਼ੋਸ਼ਣ ਕਰਨ ਦਾ ਦੋਸ਼ ਵੀ ਲਗਾਇਆ। ਉਹਨਾਂ ਨੇ ਕਿਹਾ ਕਿ ਠੇਕਾ ਮੁਲਾਜ਼ਮਾਂ ਤੋਂ ਨਾਮ ਮਾਤਰ ਤਨਖਾਹ ਤੇ 12 ਤੋਂ 14 ਘੰਟੇ ਤੱਕ ਕੰਮ ਲਿਆ ਜਾ ਰਿਹਾ ਹੈ, ਜਦਕਿ ਠੇਕੇਦਾਰਾਂ ਨੂੰ ਪੂਰੇ ਪੈਸੇ ਮਿਲਦੇ ਹਨ, ਮਗਰ ਫਿਰ ਵੀ ਠੇਕਾ ਮੁਲਾਜ਼ਮਾਂ ਨਾਲ ਸ਼ੋਸ਼ਣ ਕੀਤਾ ਜਾ ਰਿਹਾ ਹੈ, ਜਿਸ ਕਾਰਨ ਅੱਜ ਲੁਧਿਆਣਾ ਵਿਖੇ ਪੰਜਾਬ ਭਰ ਤੋਂ ਆਏ ਬੈਂਕ ਠੇਕਾ ਮੁਲਾਜ਼ਮਾਂ ਵੱਲੋਂ ਇੱਕ ਬੈਠਕ ਕੀਤੀ ਗਈ ਅਤੇ ਬੈਂਕ ਮੈਨੇਜਮੈਂਟ ਨੂੰ ਸਖ਼ਤ ਚੇਤਾਵਨੀ ਦਿੱਤੀ ਗਈ ਕਿ ਜੇਕਰ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਅਜੀਤ ਪੰਜਾਬੀ ਦੀ ਔਥੈਂਟਿਕ ਖ਼ਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖ਼ਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਅੱਜ ਜਿਹੜੀ ਇੱਥੇ ਮੀਟਿੰਗ ਕੀਤੀ ਜਾ ਰਹੀ ਹੈ SBI ਸਟੇਟ ਬੈਂਕ ਆਫ ਇੰਡੀਆ ਦੇ ਆਊਟਸੋਰਸ ਇੰਪਲਾਈ ਜਿਹੜੇ ਕਿ ਬਹੁਤ ਹੀ ਘੱਟ ਬਿਜ਼ਨਸ 'ਤੇ ਕੰਮ ਕਰ ਰਹੇ ਆ, ਪਰ ਉਹਨਾਂ ਦੇ ਨਾਲ ਜੋ ਸ਼ੋਸ਼ਣ ਹੋ ਰਿਹਾ ਉਹਨਾਂ ਦਾ ਹਰ ਸਟੈਪ ਦੇ ਉੱਤੇ ਠੇਕੇਦਾਰ ਵੱਲੋਂ ਸ਼ੋਸ਼ਣ ਕੀਤਾ ਜਾ ਰਿਹਾ। ਜਿਵੇਂ ਕਿ ਅੱਜ ਦੀ ਮੀਟਿੰਗ ਦੇ ਵਿੱਚ ਸਾਡੀ ਬੇਟੀ ਨੇ ਦੱਸਿਆ, ਜਿਹੜੀ ਗੀਤਾ ਰਾਣੀ ਆ, ਕਿ ਉਸਦੇ ਮਦਰ ਦੀ ਡੈਥ ਹੋ ਗਈ ਔਰ 2 ਦਿਨ ਲਈ ਉਸ ਬੇਟੀ ਛੁੱਟੀ 'ਤੇ ਗਈ। ਉਹਨੂੰ ਦੱਸ ਕੇ ਗਈ ਠੇਕੇਦਾਰ ਨੂੰ ਔਰ ਆਪਣਾ ਸਬਸਟੀਚਿਊਟ ਵੀ ਦੇ ਕੇ ਗਈ, ਲੇਕਿਨ ਠੇਕੇਦਾਰ ਨੇ ਉਹਨੂੰ ਕੰਮ ਤੋਂ ਜਵਾਬ ਦੇ ਦਿੱਤਾ। 12 ਸਾਲ ਜਿਸ ਬੱਚੇ ਨੂੰ ਕੰਮ ਕਰਦੇ ਨੂੰ ਹੋ ਗਿਆ, ਉਹਨੂੰ ਠੇਕੇਦਾਰ ਜਿਹੜਾ 267 ਜਾਂ 265 ਰੁਪਏ ਦਿਹਾੜੀ ਦੇ ਕੇ, ਇਹੋ ਜਿਹਾ ਵਤੀਰਾ ਹੋ ਰਿਹਾ ਸਾਡੇ ਸਟੇਟ ਦੇ ਵਿੱਚ ਜਾਂ ਸਾਡੇ ਇੰਡੀਆ ਦੇ ਵਿੱਚ, ਜਿਹੜੀਆਂ ਗੌਰਮੈਂਟਾਂ ਕਹਿ ਰਹੀਆਂ ਕਿ ਅਸੀਂ ਲੋਕਾਂ ਨੂੰ ਅਪ ਚੱਕਣਾ, ਅਸੀਂ ਵਿਕਾਸ ਕਰ ਰਹੇ ਹਾਂ, ਅਸੀਂ ਜੋ ਕਰ ਰਹੇ ਹਾਂ ਜੇ ਕਰ ਰਹੇ ਹਾਂ। ਅੱਜ ਜਿੰਨੇ ਵੀ ਇੱਥੇ ਬੱਚੇ ਬੈਠੇ ਆ, ਇਹ ਸਾਰੇ ਕੋਈ ਗ੍ਰੈਜੂਏਟ ਆ, ਕੋਈ ਪੋਸਟ ਗ੍ਰੈਜੂਏਟ ਆ, ਕੋਈ ਕੁਛ ਆ, ਲੇਕਿਨ ਇਹਨਾਂ ਦਾ ਸ਼ੋਸ਼ਣ ਇੰਨਾ ਵੱਡਾ ਕੀਤਾ ਜਾ ਰਿਹਾ। ਜਿਹੜਾ ਠੇਕੇਦਾਰ ਆ ਉਹਨੂੰ 20-25 ਹਜ਼ਾਰ ਰੁਪਈਆ ਇੱਕ ਬੱਚੇ ਦੇ ਮਗਰ ਮਿਲਦਾ ਔਰ ਉਹ ਬੱਚੇ ਨੂੰ ਜਿਹੜਾ 6500 ਰੁਪਈਆ ਜਾਂ 7000 ਰੁਪਈਆ ਜਾਂ 8000 ਰੁਪਈਆ ਦੇ ਰਿਹਾ, ਲੇਕਿਨ ਇਹ ਜਿਹੜਾ ਸ਼ੋਸ਼ਣ ਕਰਵਾ ਰਹੀਆਂ ਇਹ ਗੌਰਮੈਂਟਾਂ, ਇਹ ਗੌਰਮੈਂਟਾਂ ਨੂੰ ਪਤਾ ਹੋਣਾ ਚਾਹੀਦਾ ਕਿ ਇਹ ਜਿਹੜੀ ਸਾਰੇ ਹੀ ਸਾਡੇ ਬੱਚੇ ਆ, ਜੇਕਰ ਇਹਨਾਂ ਦਾ ਇਸ ਤਰੀਕੇ ਦੇ ਨਾਲ ਵਿਹਾਰ ਹੋਊਗਾ ਤੇ ਸਾਡੇ ਦੇਸ਼ ਨੇ ਤਰੱਕੀ ਕੀ ਕਰਨੀ ਹੈ ਆਉਣ ਵਾਲੇ ਸਮੇਂ ਦੇ ਵਿੱਚ? ਪਾਵਰ ਆਫ ਸੋਸ਼ਲ ਯੂਨਿਟੀ ਇਸ ਕਰਕੇ ਲੋਕਾਂ ਦੇ ਵਿੱਚ ਜਾ ਰਹੀ ਆ ਕਿ ਜਿਹੜਾ ਠੇਕੇਦਾਰੀ ਸਿਸਟਮ ਆ, ਜਿਹਨੂੰ ਗੌਰਮੈਂਟਾਂ ਨੇ ਇੱਕ ਨਵਾਂ ਹਥਿਆਰ ਬਣਾ ਲਿਆ ਕਿ ਬੱਚਿਆਂ ਨੂੰ ਦੱਸਦੇ ਕਿ ਨੌਕਰੀਆਂ ਦਿੱਤੀਆਂ, ਨੌਕਰੀਆਂ ਕਾਹਦੀਆਂ ਦਿੱਤੀਆਂ? ਬੱਚਾ ਤਾਂ ਰੱਜ ਕੇ ਰੋਟੀ ਨਹੀਂ ਖਾ ਸਕਦਾ। ਇਸ ਕਰਕੇ ਇਹ ਜਿਹੜਾ ਸ਼ੋਸ਼ਣ ਆ, ਠੇਕੇਦਾਰੀ ਸਿਸਟਮ ਆ, ਇਹਨੂੰ ਬੰਦ ਕਰਨ ਲਈ ਇਹ ਜਿਹੜੇ ਸਟੈਪ ਅੱਗੇ ਅਸੀਂ ਲੈ ਰਹੇ ਹਾਂ ਤੇ ਬਹੁਤ ਜਲਦੀ ਜਿਹੜਾ ਠੇਕੇਦਾਰ ਇਹੋ ਜਿਹੇ ਵਤੀਰਾ ਕਰ ਰਹੇ ਆ, ਕਿਉਂਕਿ ਬੱਚਿਆਂ ਦੀ ਜਿਹੜੀ ਤਨਖਾਹ ਆ ਇਹ ਠੇਕੇਦਾਰ ਇਸੇ ਕਰਕੇ ਅਕਾਊਂਟ ਦੇ ਵਿੱਚ ਨਹੀਂ ਪਾ ਰਹੇ ਤਾਂ ਕਿ ਬੱਚਿਆਂ ਦੇ ਨਾਲ ਉਹਨੀ ਸ਼ੋਸ਼ਣ ਕਰਨਾ। ਔਰ ਜਿਹੜੇ ਬੈਂਕ ਦੇ ਮੈਨੇਜਰ ਆ ਜਾਂ ਬੈਂਕ ਦੇ ਜਿਹੜੀ ਅਥਾਰਟੀ ਆ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਵਰਕ ਆਰਡਰ ਦੇ ਵਿੱਚ ਕੀ ਪ੍ਰੋਵੀਜ਼ਨ ਆ, ਅਸੀਂ ਕੀ ਕਰ ਰਹੇ ਹਾਂ ਔਰ ਠੇਕੇਦਾਰ ਜਿਹੜਾ ਇਹਨਾਂ ਦੇ ਨਾਲ ਕਿਸ ਤਰ੍ਹਾਂ ਬਿਹੇਵ ਕਰ ਰਿਹਾ। ਕੰਮ ਜਿਹੜੀ ਅਥਾਰਟੀ ਲੈ ਰਹੀ ਆ, ਜਦੋਂ ਬੱਚੇ ਨੂੰ ਪ੍ਰੋਬਲਮ ਆਉਂਦੀ ਉਦੋਂ ਕਹਿੰਦੇ ਜਾ ਕੇ ਠੇਕੇਦਾਰ ਨੂੰ ਪੁੱਛ ਲਓ। ਅੱਜ ਦਾ ਇਹੋ ਹੀ ਏਜੰਡਾ ਕਿ ਜਿਹੜਾ ਸਾਡੇ ਬੱਚਿਆਂ ਦੇ ਨਾਲ ਸ਼ੋਸ਼ਣ ਹੋ ਰਿਹਾ, ਉਹਨਾਂ ਦੀਆਂ ਮੁਸ਼ਕਲਾਂ ਨੂੰ ਅਸੀਂ ਦੇਖ ਰਹੇ ਹਾਂ, ਜਿਹੜਾ ਕਿ ਹਾਇਰ ਅਥਾਰਟੀ ਨੂੰ ਅਸੀਂ ਪ੍ਰੈਸ ਦੇ ਰਾਹੀਂ, ਤੁਹਾਡੇ ਮੀਡੀਆ ਦੇ ਰਾਹੀਂ ਦੱਸਣਾ ਚਾਹੁੰਦੇ ਹਾਂ ਕਿ ਇਸ ਸ਼ੋਸ਼ਣ ਨੂੰ ਬੰਦ ਕੀਤਾ ਜਾਵੇ। ਜੋ ਜਿਹੜੇ ਵੇਜਸ ਬਣਦੀਆਂ ਆ, DC ਰੇਟ ਜੋ ਬਣਦਾ ਆ, ਉਹ ਦਿੱਤਾ ਜਾਵੇ, ਚਾਹੇ ਠੇਕੇਦਾਰ ਨੂੰ ਉਹ ਜੋ ਦੇਣਾ ਦੇਣ, ਨਹੀਂ ਦੇਣਾ ਨਾ ਦੇਣ, ਸਾਡੇ ਵੱਲੋਂ, ਲੇਕਿਨ ਜੋ DC ਰੇਟ ਚੱਲਦਾ ਹੈ ਘੱਟੋ ਘੱਟ ਉਹ ਸਾਡੇ ਬੱਚਿਆਂ ਨੂੰ ਮਿਲਣਾ ਚਾਹੀਦਾ। ਇਹ ਤਾਂ ਗੌਰਮੈਂਟ ਦਾ ਲਾਹ ਆ, ਜੇ DC ਰੇਟ ਵੀ ਨਹੀਂ ਦੇਣਾ ਤੇ ਫਿਰ ਬੱਚਿਆਂ ਦਾ ਸ਼ੋਸ਼ਣ ਜਿਹੜਾ ਹੈ ਇਹ ਗੌਰਮੈਂਟਾਂ ਖੁਦ ਕਰਵਾ ਰਹੀਆਂ ਤੇ ਕੋਈ ਵੀ ਅਥਾਰਟੀ ਹੈ। ਫਿਰ ਅਸੀਂ ਸੰਘਰਸ਼ ਕਰਾਂਗੇ, ਕੋਈ ਧਰਨਾ ਵੀ ਕਰ ਸਕਦੇ ਹਾਂ, ਕੋਈ ਕਿਸੇ ਤਰ੍ਹਾਂ ਦੀ ਵੀ ਪ੍ਰੋਟੈਸਟ ਕਰ ਸਕਦੇ ਹਾਂ, ਜਿਹਦੇ ਨਾਲ ਗੌਰਮੈਂਟ ਜਿਹੜੀ ਹੈ ਖੁਦ ਜ਼ਿੰਮੇਵਾਰ ਹੋਊਗੀ। ਥੈਂਕ ਯੂ। ਆਊਟਸੋਰਸਿੰਗ ਆਲ ਬੈਂਕ ਇੰਪਲਾਈਜ਼ ਯੂਨੀਅਨ ਪੰਜਾਬ, ਸੂਬਾ ਪ੍ਰਧਾਨ ਦਿਲਬਾਗ ਸਿੰਘ ਜੀ, ਤੇ ਜੋ ਪੰਜਾਬ ਦੇ ਵਿੱਚ ਸਾਰੇ ਹੀ ਬੈਂਕਾਂ ਦੇ ਵਿੱਚ ਸ਼ੋਸ਼ਣ ਹੋ ਰਿਹਾ ਹੈ, ਆਊਟਸੋਰਸਿੰਗ ਦੇ ਵਿੱਚ ਜਿਹੜੇ ਕੰਮ ਕਰ ਰਹੇ ਨੇਗੇ ਵਰਕਰ, ਉਹਨਾਂ ਦੇ ਨਾਲ ਮੈਨੇਜਰਾਂ ਵੱਲੋਂ ਔਰ ਸੈਂਟਰ ਸਰਕਾਰਾਂ ਵੱਲੋਂ, ਪੰਜਾਬ ਦੀਆਂ ਸਰਕਾਰਾਂ ਵੱਲੋਂ ਬਹੁਤ ਧੱਕੇਸ਼ਾਹੀ ਹੋ ਰਹੀ ਹੈ। ਉਹਨਾਂ ਤੋਂ 13-13, 14-14 ਘੰਟੇ ਕੰਮ ਲਿਆ ਜਾ ਰਿਹਾ ਹੈਗਾ। ਇਸ ਸੰਬੰਧੀ ਅੱਜ ਇਹ ਮੀਟਿੰਗ ਰੱਖੀ ਗਈ ਸੀ ਲੁਧਿਆਣੇ ਦੇ ਵਿੱਚ। ਜੋ ਇੱਥੇ ਦੀ ਠੇਕੇਦਾਰੀ ਸਿਸਟਮ ਚੱਲ ਰਿਹਾ ਹੈਗਾ, ਇਹਨਾਂ ਨੇ
जो इतने दिन भैनों के नाल बहुत शोषण हो रहा उन्होंने तनखाह टेबलों के उपर ठेकेदार सिट के चले जाते उन्होंने खात्या च नहीं पा रहे सरकार वालों जो पैसा लै रहे हैं 30-40 हज़ार रुपया साढ़े वर्करा के जो खात्या सैलरिया पाते हैं जदा कैश दे रहे हैं 6500, 5000 या 7000 असी ये सरकार अपील कर रहे हैं भी इस चीज़ को गौर च लिया जाए सेंटर सरकार भी पंजाब सरकार भी जे साडियां इह मंगा पंजाब सरकार जां सेंटर सरकार नहीं मंजूर करती तां असीं अगे पूरे पंजाब दे विच प्रोटेस्ट करांगे जे सानूं किते रोज़ मुजहारा भी करना पिया धरने भी लाउणे पए तां उह वी लगावांगे सो असीं बेनती करदे हां पंजाब सरकार नूं सरदार भगवंत सिंह मान जी नूं ते सेंटर सरकार दे विच केजरीवाल साहब जी बैठे नेगे उहनां नूं भी बेनतियां करदे हां जो साडी इह यूनियन आउटसोर्सिंग ऑल बैंक इंप्लाइज पूरे पंजाब दे विच चल रही है असी पूरे जिलों के अपना रोस प्रदर्शन करांगे जो भी इन्हां नाल धक्का हो रहा है असी धक्का बर्दाश्त नहीं करांगे सो ये बेनतियां नेगियां पंजाब सरकार सेंटर सरकार साडी ये मंजूर जरूर करे और जिन्ना भी इन्हां धक्का इन्हां नाल हो रहा इन्हां नूं कबूल करे किन्ने जिले तों लोग आए अज जो जिलों के लोग आए हैं पूरे पंजाब के पटियाला लुधियाना मोगा बठिंडा ठीक है जी।